ਇੰਡੀਆ ਕ੍ਰਾਈਮ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅੱਜ ਸ਼ਿਵ ਸੈਨਾ ਹਿੰਦ ਵੱਲੋਂ ਆਪਣੇ ਰਾਸ਼ਟਰੀ ਦਫ਼ਤਰ ਸ਼ਿਵ ਸਾਗਰ ਮਹਾਂਕਾਲੀ ਮੰਦਿਰ ਖਰੜ ਵਿਖੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਜੀ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਹੁਤ ਸਾਰੇ ਅਖਾੜਿਆਂ ਦੇ ਸੰਤ ਅਤੇ ਪਾਰਟੀ ਦੇ ਰਾਸ਼ਟਰੀ ਅਤੇ ਸਟੇਟ ਲੈਵਲ ਦੇ ਸੀਨੀਅਰ ਨੇਤਾ ਮੌਜੂਦ ਸਨ। ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਪਾਰਟੀ ਦੀ ਕਾਰਗੁਜ਼ਾਰੀ ਨੂੰ ਕੁਝ ਦਿਨ ਪਹਿਲਾਂ ਜੋ ਭੰਗ ਕਰ ਦਿੱਤਾ ਸੀ ਉਸ ਨੂੰ ਪੁਨਰਗਠਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਅਸੀਂ 14 ਰਾਜਾਂ ਅਤੇ ਪ੍ਰਧਾਨ ਆਚਾਰਜਾਂ ਅਤੇ ਰਾਸ਼ਟਰੀ ਕਾਰਨ ਦਾ ਅੱਜ ਪੁਨਰਗਠਨ ਕਰਨ ਜਾ ਰਹੇ ਹਾਂ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਬਣੇ ਹਨ, ਹਿੰਦੂ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ। ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਹਰ ਧਰਮ ਦੇ ਲੋਕਾਂ ਦਾ ਸਤਿਕਾਰ ਕਰਦੇ ਹਨ, ਜੋ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਬਹੁਤ ਹੀ ਚੰਗੀ ਗੱਲ ਹੈ। ਖਰੜ ਤੋਂ ਰਕੇਸ਼ ਭਾਰਦਵਾਜ ਦੀ ਖਾਸ ਰਿਪੋਰਟ, ਇੰਡੀਆ ਕ੍ਰਾਈਮ ਨਿਊਜ਼। ਭਾਰਤੀ ਅੰਗਰਾ, ਮੈਨੂੰ ਨਿਸ਼ਾਂਤ ਜੀ ਵੱਲੋਂ ਰਾਸ਼ਟਰੀ ਚੇਅਰਮੈਨ ਜੋ ਕੀਤਾ ਗਿਆ, ਜੋ ਮੇਰੀ ਪਹਿਲਾਂ ਡਿਊਟੀ ਸੀ ਉਹੀ ਦੁਬਾਰਾ ਮੈਨੂੰ ਡਿਊਟੀ ਦਿੱਤੀ ਗਈ ਹੈ, ਔਰ ਮੈਂ ਆਪਣੀ ਡਿਊਟੀ ਬਹੁਤ ਹੀ ਇਮਾਨਦਾਰੀ ਔਰ ਪੂਰੇ ਜੋਸ਼ ਨਾਲ ਨਿਭਾਵਾਂਗਾ, ਔਰ ਆਪਣੇ ਸਮਾਜ ਦੀ, ਆਪਣੇ ਧਰਮ ਦੀ, ਔਰ ਆਪਣੇ ਦੇਸ਼ ਦੀ, ਔਰ ਆਪਣੇ ਪੰਜਾਬ ਦੀ ਤਨਦੇਹੀ ਨਾਲ ਸੇਵਾ ਕਰਾਂਗਾ। ਔਰ ਮਹਾਂਕਾਲ ਜੀ ਮਰੇ ਔਰ ਮਾਂ ਬਗਲਾ ਮੁਖੀ ਮਰੇ, ਆਪਾਂ ਪ੍ਰਾਰਥਨਾ ਕਰਦੇ ਹਾਂ ਜੋ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਕਿਸਾਨ ਧਰਨਿਆਂ 'ਤੇ ਬੈਠੇ ਹੈ, ਕੇਂਦਰ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਮੰਨ ਕੇ ਇਹ ਆਪਣੇ ਘਰਾਂ 'ਚ ਵਾਪਸੀ ਕਰਨ, ਔਰ ਅਸੀਂ ਵੀ ਆਉਣ ਵਾਲੀ ਦੀਵਾਲੀ ਬੜੇ ਵਧੀਆ ਤਰੀਕੇ ਨਾਲ ਮਨਾਈਏ। ਔਰ ਪ੍ਰਧਾਨ ਜੀ ਨੇ ਜਿਹੜਾ ਇੱਕ ਐਲਾਨਿਆ ਵਾ, 18 ਤਰੀਕ ਨੂੰ ਆਪਾਂ ਜੰਮੂ ਕਸ਼ਮੀਰ ਵਿੱਚ ਜਾਣਾ ਵਾ, ਅਸੀਂ ਚੇਤਾਵਨੀ ਦਿੰਦੇ ਹਾਂ ਉਹਨਾਂ ਅੱਤਵਾਦੀਆਂ ਨੂੰ, ਸਾਡੇ ਦੇਸ਼ ਦੇ ਵਿੱਚ ਵੰਡ ਨਾ ਪਾਓ, ਹਿੰਦੂ ਸਿੱਖ ਏਕਤਾ ਇੱਕ ਹੈ, ਏਕਤਾ ਇੱਕ ਰਹੂਗੀ। ਔਰ ਅਸੀਂ DGP ਸਾਹਿਬ ਨੂੰ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਇੱਕ ਮੰਗ ਪੱਤਰ ਦੇਵਾਂਗੇ ਕਿ ਵਿਸ਼ੇਸ਼ ਸਮਝਾਏ ਨੂੰ ਜੰਮੂ ਕਸ਼ਮੀਰ ਟਾਰਗੇਟ ਨਾ ਕੀਤਾ ਜਾਵੇ, ਉਹਨਾਂ ਦੀ ਸੁਰੱਖਿਆ ਉੱਥੇ ਦੀ ਜੰਮੂ ਕਸ਼ਮੀਰ ਦੀ ਪੁਲਿਸ ਦੀ ਬਣਦੀ ਹੈ, ਜੋ ਕਿ ਪੂਰੀ ਕਿਰਿਆ ਨਿਭਾਈ ਜਾਵੇ। ਜੈ ਹਿੰਦ। ਪ੍ਰਧਾਨ ਜੀ, ਅੱਜ ਸ਼ਿਵ ਸੈਨਾ ਹਿੰਦ ਦਾ ਆਲ ਇੰਡੀਆ ਦਾ ਗਠਨ ਕੀਤਾ ਗਿਆ ਹੈ, ਕੀ ਕਹਿਣਾ ਚਾਹੁੰਦੇ ਹੋ ਜੀ? ਸ਼ਿਵ ਸੈਨਾ ਹਿੰਦ ਜਿਹੜਾ ਕਿ ਸੰਗਠਨ ਸਨਾਤਨ ਧਰਮ ਦੀ ਰੱਖਿਆ ਲਈ, ਬਹੁਧਨ ਦੀ ਸੇਵਾ ਲਈ ਅਤੇ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਕਿ ਦੇਸ਼ ਦੀ ਏਕਤਾ ਔਰ ਅਖੰਡਤਾ ਨੂੰ ਤੋੜਨ ਦਾ ਪ੍ਰਯਾਸ ਕਰਦੀਆਂ ਨੇ, ਉਹਨਾਂ ਦੇ ਖਿਲਾਫ਼ ਸੰਘਰਸ਼ ਕਰਦੀ ਆਈ ਹੈ। ਪਿਛਲੇ ਮਹੀਨੇ ਦੀ 17 ਤਰੀਕ ਨੂੰ ਸ਼ਿਵ ਸੈਨਾ ਹਿੰਦ ਦੀ ਸਾਰੇ ਕਾਰਿਆਕਾਲ ਨੇ ਅਸੀਂ ਭੰਗ ਕੀਤੀ ਸੀ। ਅੱਜ 10 ਅਕਤੂਬਰ ਨੂੰ ਅੱਜ ਅਸੀਂ ਸ਼ਿਵ ਸੈਨਾ ਹਿੰਦ ਦੀ 14 ਸਟੇਟਾਂ ਦੀ ਅਤੇ ਪੰਜਾਬ ਦੀਆਂ ਬੋਡੀਆਂ ਲਾਂਚ ਕਰ ਰਹੇ ਹਾਂ। ਸਾਡੇ ਨਾਲ ਅਸੀਂ ਸੰਗਠਨ ਦੇ ਰਾਸ਼ਟਰੀ ਪ੍ਰਭਾਰੀ ਨਿਯੁਕਤ ਕਰ ਰਹੇ ਹਾਂ, ਰਣਦੀਪ ਬੈਨੀਵਾਲ ਜੀ ਹਰਿਆਣਾ ਤੋਂ, ਠਾਕੁਰ ਗੌਰਵ ਸਿੰਘ ਰਾਣਾ ਜੀ ਮਹਾਂ ਮੰਤਰੀ ਉੱਤਰ ਪ੍ਰਦੇਸ਼ ਤੋਂ, ਇਹਦੇ ਨਾਲ ਹੀ ਰਵੀ ਸ਼ਰਮਾ ਜੀ ਕੋਰ ਕਮੇਟੀ ਚੇਅਰਮੈਨ, ਭਾਰਤੀ ਆਂਗਰਾ ਜੀ ਮੇਰੇ ਨਾਲ, ਮੇਰੇ ਸਾਥੀ ਰਾਸ਼ਟਰੀ ਚੇਅਰਮੈਨ ਐਡਵੋਕੇਟ ਅਮਿਤ ਕੇ ਜੀ, ਯੂਥ ਵਿੰਗ ਦੇ ਕੌਮੀ ਚੇਅਰਮੈਨ ਇਸ਼ਾਂਤ ਸ਼ਰਮਾ ਜੀ, ਯੂਥ ਵਿੰਗ ਦੇ ਰਾਸ਼ਟਰੀ ਪ੍ਰਧਾਨ, ਭੈਣ ਸ਼ੇਰਸ਼ਾਹ ਠਾਕਰ ਜੀ ਮਹਿਲਾ ਵਿੰਗ ਦੇ ਨੈਸ਼ਨਲ ਪ੍ਰੈਜੀਡੈਂਟ, ਅਰਵਿੰਦ ਗੌਤਮ ਜੀ ਪੰਜਾਬ ਪ੍ਰਧਾਨ, ਸ਼ਿਵ ਜੋਸ਼ੀ ਜੀ ਨੈਸ਼ਨਲ ਵਾਈਸ ਪ੍ਰੈਜੀਡੈਂਟ,
ਸ਼ਿਵ ਦਰਸ਼ਨ ਟਿੰਗਰਾ ਜੀ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ, ਸਿੱਖ ਸੰਗਤ ਵਿੰਗ ਦੇ ਨੈਸ਼ਨਲ ਪ੍ਰੈਜ਼ੀਡੈਂਟ ਸਰਦਾਰ ਹਰਕੀਰਤ ਸਿੰਘ ਖੁਰਾਨਾ ਅਤੇ ਸਮੇਤ ਸੋਮਵੀਰ ਡਾਂਗੀ ਜੀ ਹਰਿਆਣਾ ਤੋਂ, ਮਲਿਕ ਜੀ ਉੱਤਰ ਪ੍ਰਦੇਸ਼ ਤੋਂ ਅਧਿਐਕਸ, ਸਾਰਾ ਪ੍ਰੈਸ ਨੋਟ ਤੋਂ ਲਿਖਿਆ ਜੀ। ਪ੍ਰਧਾਨ ਜੀ, ਜਦੋਂ ਸ਼ਿਵ ਸੈਨਾ ਹਿੰਦ ਦਾ ਪਹਿਲਾਂ ਗਠਨ ਕੀਤਾ ਗਿਆ ਸੀ, ਕਿਹੋ ਜਿਹੀ ਕੀ ਨੌਬਤ ਆਈ ਜਿਹੜਾ ਉਹਨੂੰ ਭੰਗ ਕਰਨ ਦੀ ਨੌਬਤ ਆਈ ਜੀ? ਸ਼ਿਵ ਸੈਨਾ ਹਿੰਦ ਦਾ ਅਸੀਂ ਧਾਰਮਿਕ ਸੰਗਠਨ ਹੈ, ਜਿਹੜੇ ਸੰਗਠਨ ਦੇ ਵਿੱਚ ਕੁਛ ਲੋਕ ਬਹੁਤ ਜ਼ਿਆਦਾ ਕੰਮ ਕਰ ਰਹੇ ਸੀ, ਕੁਛ ਲੋਕ ਜਿਹੜਾ ਜਿਹਨਾਂ ਕੋਲ ਅਹਿਮ ਪਦ ਸੀ ਪਰ ਕੰਮ ਨਹੀਂ ਕਰ ਪਾ ਰਹੇ ਸੀ। ਅਸੀਂ ਇਸ ਕਰਕੇ ਦੁਬਾਰਾ ਦੇ ਉੱਪਰ ਦੁਬਾਰਾ ਅਸੀਂ ਸੰਗਠਨ ਦਾ ਪਦਾਧਿਕਾਰੀ ਜਿਹੜੇ ਦਾ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੂੰ ਉਹੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ। ਜਿਹੜੇ ਕੰਮ ਥੋੜ੍ਹਾ ਘੱਟ ਕਰ ਰਹੇ ਨੇ, ਸਮਾਂ ਨਹੀਂ ਦੇ ਪਾ ਰਹੇ, ਚਾਹੇ ਉਹ ਬਿਜ਼ਨਸ ਜਾਂ ਰਲੇਵਿਆਂ ਲਈ ਰਲੇਵੇ ਕਾਰਨ ਕਹਿ ਲਓ ਜਾਂ ਕਿਸੇ ਹੋਰ ਕਾਰਨ ਕਹਿ ਲਓ, ਉਹਨਾਂ ਨੂੰ ਪਦ ਮੁਕਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਜੇ&ਕੇ ਦੇ ਵਿੱਚ ਹੁਣ ਹੱਤਿਆਵਾਂ ਹੋਈਆਂ ਸਾਡੇ ਸਿੱਖ ਭੈਣ ਦੀ ਅਤੇ ਇੱਕ ਹਿੰਦੂ ਯੁਵਾ ਦੀ, ਅੱਤਵਾਦੀਆਂ ਨੇ ਵਿਸ਼ੇਸ਼ ਧਰਮ ਦਾ ਫੋਨ ਕਰਕੇ ਲੈਣ 'ਚ ਕੱਢ ਕੇ ਉਹਨਾਂ ਨੂੰ ਮਾਰਿਆ, ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਸਦਭਾਵਨਾ ਹੈ। 18 ਤਰੀਕ ਨੂੰ ਇਸ ਮਹੀਨੇ ਦੀ ਸ਼ਿਵ ਸੈਨਾ ਹਿੰਦ ਦੇ ਸਾਰੇ ਹੀ ਸਿਪਾਹੀ ਇੱਕ ਵੱਡਾ ਕਾਫਲਾ ਲੈ ਕੇ, ਲਗਭਗ 100-150 ਗੱਡੀ ਦਾ ਕਾਫਲਾ ਲੈ ਕੇ ਅਸੀਂ ਕਸ਼ਮੀਰ ਜਾਵਾਂਗੇ ਅਤੇ ਉਸ ਉਹਨਾਂ ਪਰ ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।